ਦੇ ਤੌਰ ਤੇ ਲੱਗਾ ਗੱਲ ਪੇਸ਼ ਕਰਨ। ਸਰਕਾਰ ਨੇ ਫਰਮਾਇਆ ਗਜ਼ਵਾ ਤਬੂਕ ਦਾ ਵੇਲਾ ਲਿਆਓ, ਮਾਲ ਪੇਸ਼ ਕਰੋ। ਜੈਸ਼ੁਲ ਉਸਰਾ ਦਾ ਵੇਲਾ, ਮਾਲ ਪੇਸ਼ ਕਰੋ। ਹਜ਼ਰਤ ਉਸਮਾਨ ਉੱਠੇ, ਯਾ ਰਸੂਲ ਮੇਰੀ ਤਰਫੋਂ ਇੱਕ 100 ਊਠ ਗੱਲੇ ਦਾ ਲਦਿਆ ਲਦਾਇਆ, ਹਜ਼ੂਰ ਕਬੂਲ ਕਰ ਲਓ। ਕਬੂਲ ਕਰ ਲਓ, ਫਰਮਾਇਆ ਕਬੂਲ। ਸਰਕਾਰ ਨੇ ਫਿਰ ਤਰਕੀਬ ਦਿਲਾਈ, ਫਰਮਾਇਆ ਉੱਠੋ, ਆਪਣਾ ਮਾਲ ਪੇਸ਼ ਕਰੋ ਜੈਸ਼ੁਲ ਉਸਰਾ ਵਾਸਤੇ, ਗਜ਼ਵਾ ਤਬੂਕ ਵਾਸਤੇ। ਅਜੇ ਕੋਈ ਨਹੀਂ ਉੱਠਿਆ, ਜਦੋਂ ਉਸਮਾਨੇ ਗਨੀ ਫਿਰ ਉੱਠ ਕੇ ਖੜੇ ਹੋ ਗਏ, ਅਰਜ਼ ਕਰਦੇ ਨੇ ਕਮਲੀ ਵਾਲੇ ਆ, ਫਿਰ 100 ਦਾ ਮੈਂ ਐਲਾਨ ਕਰਨਾ ਵਾ ਪਿਆ, ਯਾਨੀ 200 ਊਂਟ ਗੱਲੇ ਦੇ ਲਦੇ ਲਦਾਏ ਸੋਹਣਿਆ ਕਬੂਲ ਕਰ ਲਓ। ਹਜ਼ਰਤ ਉਸਮਾਨੇ ਗਨੀ ਜਦੋਂ ਦੂਜੇ 100 ਊਂਟ ਵੀ ਦੇ ਦਿੱਤੇ, ਮੇਰੇ ਆਕਾ ਨੇ ਫਿਰ ਮਿੰਬਰ ਤੇ ਐਲਾਨ ਫਰਮਾਇਆ, ਉੱਠੋ ਜਿਹੜਾ ਮਾਲ ਪੇਸ਼ ਕਰਨਾ ਚਾਹੇ। ਅਜੇ ਹੋਰ ਕੋਈ ਨਹੀਂ ਉੱਠਿਆ, ਉਸਮਾਨ ਫਿਰ ਉੱਠ ਕੇ ਖੜੇ ਹੋ ਗਏ। ਆ ਜੇ ਦੀਨ ਤੇ ਕੁਰਬਾਨ ਕਰਨ ਦੀ ਚਸ। ਉਸਮਾਨ ਫਿਰ ਉੱਠ ਕੇ, ਹਜ਼ੂਰ 100 ਊਂਟ ਹੋਰ ਕਬੂਲ ਕਰ ਲਓ। ਤੇ ਜਦੋਂ ਪੀਰ ਦੇ ਕਹਿਣ ਤੇ ਮੁਰੀਦ ਨੇ 300 ਊਂਟ ਗੱਲੇ ਦੇ ਲੱਦੇ ਲਦਾਏ ਦਿੱਤੇ ਤੇ ਪੀਰ ਖੁਸ਼ ਹੋ ਗਿਆ। ਹਜ਼ਰਤ ਅਬਦੁਰਰਹਿਮਾਨ ਰਜ਼ੀ ਅੱਲਾਹੁ ਤਾਲਾ ਫਰਮਾਉਂਦੇ ਨੇ, ਮੈਂ ਵੇਂਦਾ ਸਾਂ ਪਿਆ ਨਬੀ ਵੱਲ, ਸਰਕਾਰ ਮਿੰਬਰ ਤੋਂ ਥੱਲੇ ਉਤਰ ਰਹੇ ਨੇ, ਨਾਲੇ ਅੱਖਾਂ ਵਿੱਚ ਖੁਸ਼ੀ ਦੇ ਆਂਸੂ ਨੇ, ਨਾਲੇ ਮੇਰਾ ਨਬੀ ਫਰਮਾ ਰਿਹਾ ਹੈ ਇਹ ਲੋਕੋ ਅੱਜ ਤੋਂ ਬਾਅਦ ਮੇਰੇ ਉਸਮਾਨ ਦਾ ਗੁਨਾਹ ਗੁਨਾਹ ਹੀ ਕੋਈ ਨਹੀਂ। ਅੱਜ ਤੋਂ ਬਾਅਦ ਕੋਈ ਅਮਲ ਮੇਰੇ ਉਸਮਾਨ ਨੂੰ ਨੁਕਸਾਨ ਨਹੀਂ ਦੇ ਸਕਦਾ। ਇਹਦਾ ਮਤਲਬ ਇਹ ਵੇ ਕਿ ਅੱਲਾ ਮੇਰੇ ਉਸਮਾਨ ਨੂੰ ਹੁਣ ਮਹਫੂਜ਼ ਕਰ ਲਵੇਗਾ, ਇਹਦੇ ਕੋਲੋਂ ਗੁਨਾਹ ਹੋਵੇਗਾ ਹੀ ਕੋਈ ਨਾ, ਮੇਰਾ ਅੱਲਾ ਉਸਮਾਨ ਦੀ ਹਿਫਾਜ਼ਤ ਕਰੇਗਾ। ਉਸ ਵੇਲੇ ਮੇਰਾ ਨਬੀ ਖੁਸ਼ ਹੋਇਆ ਹੈ। ਤੇ ਦੂਜਾ ਵੇਲਾ ਹੋਇਆ, ਤਵੱਜੋ ਮੁਸਲਮਾਨ ਭਾਈਓ, ਦੂਜੇ ਵੇਲੇ ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਨੇ ਐਲਾਨ ਫਰਮਾਇਆ, ਅਬੂ ਬਕਰ ਫਿਲ ਜੰਨਾ, ਉਮਰ ਫਿਲ ਜੰਨਾ, ਉਸਮਾਨ ਫਿਲ ਜੰਨਾ, ਅਲੀ ਫਿਲ ਜੰਨਾ। ਅਸ਼ਰਾ ਮੁਬਸ਼ਰਾ ਵਿੱਚ ਤੀਸਰਾ ਨੰਬਰ ਹਜ਼ਰਤ ਉਸਮਾਨੇ ਗਨੀ ਦਾ ਹੈ, ਮੇਰੇ ਨਬੀ ਜੰਨਤ ਅਤਾ ਫਰਮਾਈ। 9 ਹੋ ਗਈਆਂ 10ਵੀਂ ਸੁਣੋ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਮਦੀਨਾ ਸ਼ਰੀਫ ਜਦੋਂ ਹਿਜਰਤ ਫਰਮਾਈ ਤਸ਼ਰੀਫ ਲਿਆ ਤੇ ਇੱਕੋ ਹੀ ਸਾਰੇ ਪਾਣੀ ਕੌੜੇ ਸਨ, ਇੱਕ ਮਿੱਠਾ ਖੂਹ ਸੀ ਪਾਣੀ ਦਾ ਜਿਹਨੂੰ ਬੇਰੇ ਰੂਮਾ ਕਿਹਾ ਜਾਂਦਾ ਸੀ। ਸਰਕਾਰ ਦੇ ਕਲਬਿਆਂ ਨੂੰ ਇਹ ਖਿਆਲ ਆਇਆ, ਕੋਈ ਹੋਵੇ ਨਾ ਜਿਹੜਾ ਇਹਨੂੰ ਖਰੀਦ ਲਏ, ਕੋਈ ਹੋਵੇ ਜਿਹੜਾ ਇਹਨੂੰ ਖਰੀਦ ਲਏ। ਤੇ ਸਰਕਾਰ ਉਹਦੇ ਮਾਲਕ ਕੋਲ ਗਏ, ਜਿਹੜਾ ਕੁਵੇਂ ਦਾ ਮਾਲਕ ਸੀ, ਹਾਂ ਬਾਈ ਜੰਨਤ ਦਾ ਖੂਹ ਮੇਰੇ ਕੋਲੋਂ ਲੈ ਲੈ। ਜੰਨਤ ਦਾ ਕੁਵਾਂ ਲੈ ਲੈ, ਸੌਦਾ ਕਰ ਲੈ ਮੁਸਤਫਾ ਨਾਲ, ਜੰਨਤ ਦਾ ਖੂਹ ਲੈ ਲੈ ਤੇ ਆਹ ਖੂਹ ਮੈਨੂੰ ਦੇ ਛੱਡ। ਉਹਨਾਂ ਕਿਹਾ ਯਾ ਰਸੂਲ ਦੇ ਤੇ ਛੱਡਾਂ, ਪਰ ਗਰੀਬ ਹਾਂ ਤੇ ਇਸੇ ਤੋਂ ਬੱਚਿਆਂ ਦਾ ਪੇਟ ਪਾਲਣਾ ਪਿਆ, ਇਹਦਾ ਪਾਣੀ ਵੇਚਣਾ ਤੇ ਪੇਟ ਪਾਲਣਾ। ਸਰਕਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਕੁਝ ਨਹੀਂ ਆਖਿਆ, ਰਹਿਮਤੁਲਿਲ ਆਲਮੀਨ ਸਨ ਕੁਝ ਨਹੀਂ ਆਖਿਆ, ਚੁੱਪ ਕਰਕੇ ਆ ਗਏ ਤੇ ਕਲਬੇ ਅਨਵਜ ਖਿਆਲ ਆਇਆ ਕਦੀ ਕੋ ਹੋਵੇ ਨਾ ਜਿਹੜਾ ਖਰੀਦ ਕੇ ਜੰਨਤ ਲੈ ਲੈ। ਹਜ਼ਰਤ ਉਸਮਾਨੇ ਗਨੀ ਨੂੰ ਪਤਾ ਲੱਗ ਗਿਆ ਇਸ ਗੱਲ ਦਾ, ਹਜ਼ਰਤ ਉਸਮਾਨ ਨੂੰ ਪਤਾ ਲੱਗਾ ਤੇ ਸਿੱਧੇ ਸਰਕਾਰ ਪਹਿਲਾਂ ਗਏ ਕੁਵੇਂ ਵਾਲੇ ਕੋ, ਹਾਂ ਬਈ ਵੇਚਣਾ ਹੀ। ਉਹਨੇ ਅਗਰ ਰੁਪਈਏ ਚੋਖੇ ਦੇਗਾ ਤੇ ਦੇ ਦਿਆਂਗਾ। ਫਰਮਾਇਆ 35,000 ਦਿਰਮ ਕਾਫੀ ਹੈ। ਕਿੰਨੇ ਹਜ਼ਾਰ ਦਿਰਮ? 35,000 ਦਿਰਮ ਕਾਫੀ। ਉਹਨੇ 35,000 ਕਦੇ ਵੇਖੇ ਨਹੀਂ ਸੀ। ਉਹਨੇ ਕਿਹਾ ਬੱਲੇ ਲਿਆਓ 35,000 ਦਿਰਮ ਆਪਨੇ ਦਿੱਤਾ ਤੇ ਫਰਮਾਇਆ ਖੂਹ ਮੇਰੇ ਨਾਲ ਲਾਓ। ਉਹਨੇ ਕਿਹਾ ਲੈ ਜਾਓ ਖੂਹ ਤੁਹਾਡਾ ਹੀ, ਮੈਂ ਨਹੀਂ ਉਹਨੇ ਪੈਂਦਾ, ਹੁਣ ਤੁਹਾਡੀ ਡਿਊਟੀ। ਖੂਹ ਖਰੀਦਿਆ ਤੇ ਸਰਕਾਰ ਦੀ ਖਿਦਮਤ 'ਚ ਆਏ, ਹਜ਼ੂਰ ਖੂਹ ਵਾਲੇ ਨੂੰ ਤੁਸੀਂ ਆਖਿਆ ਸੀ ਜੇ ਖੂਹ ਦੇ ਦੇ ਤੇ ਜੰਨਤ ਦੇਣਾ, ਜੰਨਤ ਦਾ ਕੁਵਾਂ ਦੇਣਾ, ਤੇ ਹਜ਼ੂਰ ਜੇ ਕੋਈ ਹੋਰ ਖਰੀਦ ਕੇ ਵਕਫ ਕਰੇ ਤੇ ਉਹਨੂੰ ਵੀ ਮਿਲੇਗੀ ਜੰਨਤ? ਉਹਨੂੰ ਵੀ ਮਿਲੇਗੀ? ਫਰਮਾਇਆ ਉਹਨੂੰ ਵੀ ਮਿਲੇਗੀ। ਸਰਕਾਰ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੇ ਕਦਮਾਂ ਦੇ ਡਿੱਗ ਪਏ, ਅਰਜ ਕਰਦੇ ਨੇ ਕਮਲੀ ਵਾਲਿਆ ਖਿਦਮਤ ਕਬੂਲ ਕਰ ਲਈ, ਮੈਂ ਕੁਵਾਂ ਖਰੀਦ ਲਿਆ ਏ, ਸੋਹਣਿਆ ਮੈਂ ਕੁਵਾਂ ਖਰੀਦ ਲਿਆ ਏ। ਅੱਲਾ ਸੇ ਕਿਤਨਾ ਪਿਆਰ ਹੈ ਉਸਮਾਨੇ ਗਨੀ ਕਾ, ਪੜੀਏ।